ਸਬਸਕ੍ਰਾਈਬ ਕਰੋ NC7 ਨਿਊਜ਼ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ। ਵਿਧਾਨ ਸਭਾ ਹਲਕਾ ਦਾਖਲ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਯਾਲੀ ਨੇ ਪੁਲਿਸ ਤੇ ਅਕਾਲੀ ਵਰਕਰਾਂ ਨੂੰ ਤੰਗ ਕਰਨ ਦੇ ਦੋਸ਼ ਲਾਏ ਹਨ। ਅਕਾਲੀ ਉਮੀਦਵਾਰ ਦਾ ਦੋਸ਼ ਹੈ ਕਿ ਦੂਜੇ ਜ਼ਿਲ੍ਹਿਆਂ ਦੀ ਪੁਲਿਸ ਤੇ ਗੁੰਡੇ ਕਾਂਗਰਸ ਦੀ ਸ਼ਹਿ ਉੱਤੇ ਪਿੰਡਾਂ 'ਚ ਅਕਾਲੀ ਵਰਕਰਾਂ ਨੂੰ ਚੁੱਕਣ ਲਈ ਆਏ ਸਨ, ਜਿਸ ਤੋਂ ਬਾਅਦ ਉਹਨਾਂ ਨੇ ਮੁੱਲਾਪੁਰ ਚੌਂਕ 'ਚ 18 ਗੱਡੀਆਂ ਨੂੰ ਲੀਡ ਕਰਦੀ ਇਨੋਵਾ ਗੱਡੀ ਨੂੰ ਘੇਰ ਲਿਆ। ਯਾਲੀ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ। ਉਹਨਾਂ ਦਾ ਦੋਸ਼ ਹੈ ਦੂਜੇ ਜ਼ਿਲ੍ਹਿਆਂ ਦੀ ਪੁਲਿਸ ਤੇ ਬਾਊਂਸਰ ਅਕਾਲੀ ਵਰਕਰਾਂ ਨੂੰ ਧਮਕਾਉਂਦੇ ਆਏ ਸਨ। ਉਹਨਾਂ ਨੇ ਗੱਡੀ ਨੂੰ ਘੇਰ ਲਿਆ ਜਦਕਿ ਬਾਕੀ ਮੌਕੇ ਤੋਂ ਭੱਜ ਗਏ। ਮਨਪ੍ਰੀਤ ਯਾਲੀ ਨੇ ਕਿਹਾ ਕਿ ਪੁਲਿਸ ਨਾਜਾਇਜ਼ ਹੀ ਅਕਾਲੀ ਵਰਕਰਾਂ ਨੂੰ ਚੁੱਕ ਰਹੀ ਹੈ ਤੇ ਵਰਕਰਾਂ ਨੂੰ ਡਰਾ ਧਮਕਾ ਰਹੀ ਹੈ। ਇੱਥੇ 10 ਗੱਡੀਆਂ ਜਿਹੜੀਆਂ ਬਾਹਰਲੀ ਪੁਲਿਸ ਹੈਗੀ ਆ, 10 ਗੱਡੀਆਂ ਬਾਹਰਲੇ ਜ਼ਿਲ੍ਹੇ ਦੀਆਂ ਪੁਲਿਸ ਆ, ਨਾਲ ਆ ਗੱਡੀ ਆ, ਇੱਥੇ ਨਾਲ ਗੁੰਡੇ ਨੇ, ਇਹਨਾਂ ਦੇ ਨਾਲ ਮੇਰਾ ਖਿਆਲ 100 ਗੁੰਡਾ ਹੋਊਗਾ। ਇਹ ਗੱਡੀਆਂ ਰਾਤ ਨੂੰ ਸਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਈ ਇਹ ਸਾਰੀਆਂ ਗੱਡੀਆਂ ਜਿਹੜੀਆਂ ਹੈਗੀਆਂ, ਕਾਹ ਗੱਡੀ ਅਸੀਂ ਸਾਰਿਆਂ ਦੀ ਰਿਕਾਰਡਿੰਗ ਕਰ ਲਈ ਆ। ਸੋ ਇੱਥੇ ਪੁਲਿਸ ਦੇ ਨਾਲ ਇਹ ਸਾਰੇ ਬੰਦੇ ਨੇ, ਉਹਨੂੰ DSP ਸਾਹਿਬ ਨੂੰ ਬੁਲਾਓ, ਇੱਥੇ SSP ਸਾਹਿਬ ਨੂੰ ਗੱਡੀ ਲੱਗੀ ਰਹਿਣ ਦੇ ਦੇ। SSP ਸਾਹਿਬ ਨੂੰ ਬੁਲਾਓ ਇੱਥੇ, SSP ਸਾਹਿਬ ਨੂੰ ਇੱਥੇ ਗੱਲ ਕਰੋ, SSP ਸਾਹਿਬ ਨੂੰ ਬੁਲਾਓ, ਆਹ ਮੁੰਡੇ ਨੇ, SSP ਸਾਹਿਬ ਨੂੰ ਬੁਲਾਓ, ਆਹ ਮੁੰਡੇ ਨੂੰ ਕਰੋ ਫੋਨ, SSP ਸਾਹਿਬ ਨੂੰ, DSP ਸਾਹਿਬ ਨੂੰ। ਲੜਨਾ ਨਹੀਂ ਗਾ ਸਾਡੇ ਨਾ ਪਿੰਡਾਂ ਦੇ ਵਿੱਚ ਜਾਂਦੇ ਆ, ਬਾਹਰਲੇ ਜ਼ਿਲ੍ਹਿਆਂ ਤੋਂ ਪੁਲਿਸ ਲੈ ਜਾਂਦੀ ਹੋਈ ਆ, 10 ਗੱਡੀਆਂ ਨੇ ਪੁਲਿਸ ਦੀਆਂ ਤੇ ਨਾਲ 10 ਗੱਡੀਆਂ ਗੁੰਡੇ ਆ ਵੀ ਵਰਕਰਾਂ ਨੂੰ ਡਰਾਉਣ ਤੋਂ ਮਕਾਉਣ। ਸੋ ਇਹਨਾਂ ਨੇ 5 ਪਿੰਡ ਕਰਿਆ ਰੇਡ ਕੀਤਾ। ਲੋਕਲ ਪੁਲਿਸ ਦਾ ਨੌਲੇਜ ਵੀ ਹੈ ਨੀ, ਮੈਂ DIG ਸਾਹਿਬ ਦੇ ਧਿਆਨ 'ਚ ਲਿਆਂਦਾ, ਇਹ ਤਾਂ ਮੈਂ ਕੁਦਰਤੀ ਗੱਡੀਆਂ, ਸਾਨੂੰ ਪਤਾ ਲੱਗਿਆ ਵੀ ਹੁਣੇ ਡਰਾ ਕੇ ਗਏ ਨੇ, ਅਸੀਂ ਪਿੱਛੇ ਲਾਈਆਂ ਗੱਡੀਆਂ, ਹੁਣੇ ਭੱਜੇ ਨੇ ਸਾਰੇ 10 ਪੁਲਿਸ ਵਾਲੀਆਂ ਗੱਡੀਆਂ ਭੱਜ ਗਈਆਂ ਸਾਰੇ। ਸਾਰੀਆਂ ਦੀ ਫੋਟੋ ਖਿੱਚੀ ਆ ਨਾ, ਇਹ ਸਾਰੀਆਂ ਲਾਓ, ਸਾਰੀਆਂ ਆਪਣੇ ਕੈਮਰੇ ਚ ਵੀ ਨੇ, ਗੱਡੀ ਵਾਲੇ ਸਾਰੇ ਪੁਰਲੇ ਪਾਓ, ਸਾਰੇ ਸਾਰੀ ਗੱਡੀਆਂ ਨੰਬਰ ਨੇ ਜੀ ਸਾਰੀ। ਕਾਲੇ ਸ਼ਾਂਤੀ ਰੱਖੋ DSP ਸਾਹਿਬ। ਹੈਲੋ, ਮੈਂ ਮੁੱਲਾਪੁਰ ਚੌਂਕ 'ਚ ਖੜਾ ਜਿੱਥੋਂ ਰੈਕੋਰਡ ਰੋਡ ਨੂੰ ਮੁੜਦੇ ਹਾਂ, ਇਹ ਬੰਦੇ ਸਾਡੇ ਬੰਦਿਆਂ ਨੂੰ ਡਰਾ ਕੇ ਨਾ ਗਾਲਾਂ ਕੱਢ ਕੇ ਆਏ ਨੇ ਪਿੰਡਾਂ 'ਚ ਤੁਹਾਡੀ, 10 ਗੱਡੀਆਂ ਪੁਲਿਸ ਦੀਆਂ, ਸਾਰੇ ਨੰਬਰ ਮੈਂ ਲੈ ਲਏ ਨੇ, ਨਾਲ ਇਹਨਾਂ ਨਾਲ ਗੁੰਡੇ ਨੇ 10 ਗੱਡੀਆਂ 'ਚ, ਵੀਡੀਓ 'ਚ ਹੁਣ ਗੱਡੀਆਂ ਭਜਾ ਕੇ ਲੈ ਕੇ, ਇੱਕ ਗੱਡੀ ਅਸੀਂ ਰੋਕੀ ਆ ਮੂਹਰਲੀ, ਮੁੱਲਾਪੁਰ ਚੌਂਕ 'ਚ ਖੜਾ ਮੈਂ ਆਪ ਰੋਕੀ, ਮੈਂ ਤੁਹਾਨੂੰ ਦਿਖਾਉਣਾ ਸਾਰੀਆਂ ਕੌਣ ਨੇ, ਤੁਹਾਨੂੰ ਵੀਡੀਓ ਬਣਾ ਲਈਆਂ ਅਸੀਂ ਸਾਰਾ। ਯਾਰ ਬਾਹਰਲੇ ਜ਼ਿਲ੍ਹਿਆਂ ਦੀ ਪੁਲਿਸ ਬੰਦਿਆਂ ਨੂੰ ਸਾਡੇ ਚੱਕਣ ਆਈ ਹੋਈ ਆ, ਨਾਲ ਗੁੰਡੇ ਨੇ, ਨਾਲ ਗੁੰਡੇ ਆ ਇਹਨਾਂ ਦੇ, ਨਾਲ ਗੱਡੀਆਂ 'ਚ ਬਾਊਂਸਰ ਨੇ, ਨਾਲ ਅਸੀਂ ਘੇਰੀ ਖੜੇ ਆ ਚੌਂਕ ਦੇ ਵਿੱਚ। ਹੁਣ ਤੁਸੀਂ ਕਿੱਥੇ ਹੋ ਆਪ? ਯਾਰ ਤੁਸੀਂ ਘੇਰਦੇ ਹੋ, ਅਸੀਂ ਕਾਹਨੂੰ ਤੁਰੇ ਫਿਰੀਏ ਰਾਤ ਨੂੰ? ਹੈ ਇਹ ਸਾਡੇ ਇਕੱਲੇ ਇਕੱਲੇ ਪਿੰਡ ਜਾ ਕੇ ਵਰਕਰਾਂ ਨੂੰ ਚੱਕਦੇ ਫਿਰਦੇ ਨੇ, ਯਾਰ ਹੋਰ ਅਸੀਂ ਕੀ ਕਰੀਏ ਦੱਸੋ? ਯਾਰ ਜੇ ਤੁਹਾਡੇ ਤੁਸੀਂ ਇਹ ਕੰਮ ਕਰੋ ਤਾਂ ਸਾਨੂੰ ਇਹ ਗੱਲਾਂ ਕਰਨੀ, ਇੱਦਾਂ ਮਰਨ ਮਰਾਉਣ 'ਤੇ ਆਏ ਹੋਏ ਆ, ਹੁਣ 2 ਦਿਨ ਇਹ ਮਰਜ਼ੀ ਹੈ, ਕੋਈ ਗੱਲ ਨਹੀਂ, ਬਾਰ ਬਾਰ ਥੋੜੀ ਮਰਨਾ ਵਾ, ਨਹੀਂ ਸਾਨੂੰ ਦੇਖ ਡਰੇ ਕਿਉਂ ਸਾਡਾ? ਅਸੀਂ ਪੁੱਛਿਆ ਵੀ ਗੱਲ ਕਰੋ, ਪੁਲਿਸ ਵਾਲੇ ਗੱਡੀਆਂ ਭਜਾ ਕੇ ਲੈ ਕੇ, ਸਾਰੇ ਪੁਲਿਸ ਦੇ ਡਰਦੀ ਹੁੰਦੀ ਆ, 5 ਗੱਡੀਆਂ ਪੁਲਿਸ ਵਾਲੇ ਗੱਡੀਆਂ ਭਜਾ ਕੇ ਲੈ ਗਏ, ਮੈਂ ਖੜਿਆ ਉਤਰ ਕੇ, ਨਹੀਂ ਪੁਲਿਸ ਡਰਦੀ ਕਿਉਂ ਭੱਜੀ ਆ? ਹਾਂਜੀ ਹਾਂਜੀ, ਇਹ ਆ ਸਾਰੇ ਅਸੀਂ ਨੰਬਰ ਲੈ ਲਏ ਗੱਡੀਆਂ ਦੇ, ਤੁਸੀਂ ਹੁਣੇ ਵਾਇਰਲੈਸ ਕਰੋ, ਟਰੇਸ ਕਰੋ, ਇਹਨਾਂ ਨੇ ਪੁੱਛੋ ਜੀ ਤੁਸੀਂ ਆਪ ਕਿੱਥੇ ਹੋ, ਤੁਸੀਂ ਕਿੱਥੇ ਹੋ, ਮੌਕੇ ਤੇ ਭੇਜੋ ਅਫਸਰ, ਭੇਜੋ।
ਤੁਸੀਂ ਆਪਣੀ ਫੋਰਸ ਭੇਜੋ ਜੀ ਚੌਂਕ 'ਚ, ਜਦੋਂ ਆਪਾਂ ਪੁੜ ਦੇ ਥੱਲੇ ਰੈਕਟ ਰੋਡ ਨੂੰ ਮੁੜਦੇ, ਇੱਥੇ ਆਪਣੀ ਫੋਰਸ ਭੇਜੋ, ਮੈਂ ਉੱਥੇ ਖੜਾ। ਜਦੋਂ ਆਪਾਂ ਮੁੱਲਾਪੁਰ ਚੌਂਕ ਤੋਂ ਮੁੜਦੇ ਹਾਂ, ਪਤਾ ਲੱਗ ਜਾਣਾ ਚੌਂਕ 'ਚ। ਹਾਂਜੀ, ਮੈਂ ਉੱਥੇ ਖੜਾ ਜੀ, ਉੱਥੇ ਭੇਜੋ, ਫੋਰਸ ਭੇਜੋ ਤੁਸੀਂ ਹੁਣੇ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ 'ਤੇ ਨਜ਼ਰ।